ਅੱਲਾ ਝੂਠ ਨਾ ਬੁਲਵਾਏ ਤੇ ਮੀਆਂ ਨਜ਼ੀਰ ਬਲੱਡ ਲਾਈਨ ਮਰਹੂਮ ਬਲੱਡ ਲਾਈਨ ਬਿਲਕੁਲ ਲੈਜੈਂਡ ਉਸਤਾਦ ਔਰ ਮੇਰੇ ਹੱਥ 'ਚ ਆਉਂਦੇ ਜ਼ੈਨ ਨੇ ਨਹੀਂ ਦੱਸਿਆ ਕਬੂਤਰ ਨੇ ਦੱਸਿਆ ਅਤੇ ਇਹ ਦੇਖੋ ਔਰ ਬਹੁਤ ਹੀ ਆਲਾ ਕਬੂਤਰ ਜਿਸ ਦੋਸਤ ਭਾਈ ਕੋਲੋਂ ਆਇਆ ਉਹਨੇ ਬਹੁਤ ਮੁਖਲਸਾਨਾ ਤੌਰ 'ਤੇ ਜ਼ੈਨ ਨੂੰ ਇਹ ਕਬੂਤਰ ਦਿੱਤਾ ਹੈ ਦੇਖੋ ਇਹ ਦੇਖੋ ਕੁੰਡਾ ਮਤਲਬ ਇਸ ਕੁੰਡੇ ਦੀਆਂ ਲੈਂਥਾਂ ਇਹਦੀ ਮਤਲਬ ਇਸ ਕਬੂਤਰ ਦੇ ਕੁੰਡੇ ਦੇ ਵਿੱਚ ਮਿਸਿੰਗ ਨਹੀਂ ਹੈ ਜਿੰਨਾ ਕੁ ਮੈਂ ਜਾਣਦਾ ਮਤਲਬ ਹਰ ਬੰਦੇ ਨੂੰ ਆਪਣਾ ਆਪਣਾ ਨੌਲੇਜ ਆਪਣਾ ਆਪਣਾ ਟੇਸਟ ਹੈ ਇਹ ਦੇਖੋ ਇਸ ਤਰ੍ਹਾਂ ਪੰਜੇ ਬਾਰੀਕ ਖੁਸ਼ਕ ਲੱਤ ਇਹ ਦੇਖੋ ਮਤਲਬ ਕਈ ਕਬੂਤਰਾਂ ਦੇ ਗੋਟ ਇੱਥੋਂ ਬੜੇ ਬੜੇ ਨਸਲੀ ਕਬੂਤਰ ਹੁੰਦੇ ਆ ਭਾਰੇ ਹੁੰਦੇ ਇੱਥੋਂ ਇਹ ਦੇਖੋ ਇਹ ਚੀਜ਼ ਇੱਥੋਂ ਇਹ ਇਹ ਚੀਜ਼ ਥੋੜ੍ਹੀ ਜਿਹੀ ਉਸ ਮਤਲਬ ਕਬੂਤਰ ਪਰਫਾਰਮ ਕਰੇਗਾ ਲੇਕਿਨ ਮਿਸਿੰਗ ਆਏਗੀ ਕਿਤੇ ਨਾ ਕਿਤੇ ਉਹਦੀ ਬਲੱਡ ਲਾਈਨ 'ਚ ਜਿੱਥੇ ਇਹ ਮੋਟੇ ਹੋਣਗੇ ਹਮੇਸ਼ਾ ਇਹ ਚੀਜ਼ ਨੂੰ ਬੜਾ ਕਾਊਂਟ ਕਰਕੇ ਰੱਖਣਾ ਲੱਤ ਦੇ ਵਿੱਚ ਮਤਲਬ ਕਲਰ ਕੋਈ ਵੀ ਹੋ ਜਾਏ ਕੋਈ ਗੱਲ ਨਹੀਂ ਕਲਰ ਏਡਾ ਕੋਈ ਮੈਟਰ ਨਹੀਂ ਕਰਦਾ ਆਹ ਕਾਲੀਆਂ ਲੱਤਾਂ 'ਤੇ ਹੈ ਰੈੱਡ 'ਤੇ ਹੈ ਮਤਲਬ ਮੈਂ ਫਿੱਕੀਆਂ ਲੱਤਾਂ ਵਾਲੇ ਵੀ ਕਬੂਤਰ ਬਹੁਤ ਲੰਬੇ ਉੜਦੇ ਦੇਖੇ ਲੇਕਿਨ ਜ਼ਿਆਦਾ ਚੀਜ਼ ਮਤਲਬ ਇਹ ਦੇਖੋ ਤੁਸੀਂ ਇਹਦੀ ਲੱਤ ਦੇਖੋ ਇਹਦੇ 'ਚ ਗੁੱਦਾ ਨਹੀਂ ਹੈ ਬਿਲਕੁਲ ਨਹੀਂ ਬਿਲਕੁਲ ਮਤਲਬ ਗੋਸ਼ਤ ਘੱਟ ਮਤਲਬ ਸੁੱਕੀ ਲੱਤ ਹੈ ਇਹਦੀ ਅਤੇ ਇਹ ਆਪਣੀ ਬਰੀਡਿੰਗ ਲਾਈਨ ਦੇ ਵਿੱਚ ਤੁਸੀਂ ਇਹਨੂੰ ਇਹ ਸਮਝ ਲਓ ਅੱਜ ਦੀ ਟੇਪੇ ਮਤਲਬ ਮਿਸਿੰਗ ਨਹੀਂ ਆਏਗੀ ਤੁਹਾਡੇ ਕਬੂਤਰਾਂ 'ਚ ਬੜੀ ਗੱਲ ਮਤਲਬ ਜਿੱਥੇ ਪੰਜਾ ਚੁੱਕਣਗੇ ਉੜ ਕੇ ਬੈਠਣਗੇ ਜਿੱਥੇ ਇਹਨਾਂ ਨੇ ਘਰੋਂ ਇੰਝ ਉੱਠ ਜਾਣਾ ਅਤੇ ਇਹਨਾਂ ਨੇ ਉੜ ਕੇ ਹੀ ਬਹਿਣਾ ਮਕਸਦ ਇਹ ਨਹੀਂ ਘੰਟਾ ਦੋ ਘੰਟੇ ਪਰਫਾਰਮ ਕਰਕੇ ਮਤਲਬ ਮੋਹਰ ਖਾ ਕੇ ਉੱਡਣਗੇ ਕਬੂਤਰ ਇਹ ਦੇਖੋ ਜੀ ਬਹੁਤ ਬੜੇ ਉਸਤਾਦ ਦਾ ਕਬੂਤਰ ਹੈ ਜੀ ਇਹ ਅਤੇ ਮਤਲਬ ਸਾਡੇ ਵਰਗੇ ਬੰਦੇ ਵਾਸਤੇ ਇਹਨਾਂ ਨੂੰ ਗੱਲ ਕਰਨਾ ਵੀ ਤਾਂ ਮਤਲਬ ਕੋਈ ਗੱਲ ਨਹੀਂ ਹੈ ਲੇਕਿਨ ਕਿਆ ਬਾਤ ਹੈ ਇਹਨਾਂ ਕਬੂਤਰਾਂ ਦੀ ਹੈਲੋ ਜੀ 761 ਬੰਦੇ ਲਾਏ ਉਡਦੇ ਪਰਪੂਰੇ ਦੇ ਉੱਤੇ ਪਈ ਜਾਣੇ ਪਈ ਜਾਣੇ ਬੱਚਾ ਪਲਿਆ ਠੀਕ ਹੈ ਹਾਂਜੀ ਬੜੀ ਡੋਬ ਦਾ ਮਾਲਕ ਹੈ ਜੀ ਇਹ ਬੱਚਾ ਕੀ ਕਹਿੰਦਾ ਜਿੱਥੇ ਤੱਕ ਮੈਨੂੰ ਕੁਛ ਆਉਂਦਾ ਪਹਿਲੀ ਕਲੀ ਦੂਜੀ ਕਲੀ ਚ ਹਾਂਜੀ ਬਲੱਡ ਲਾਈਨ ਇਹ ਵੀ ਉਹੀ ਲੱਗ ਰਹੀ ਜਿਹਦਾ ਮੈਂ ਪਹਿਲੇ ਜ਼ਿਕਰ ਕੀਤਾ ਹੈ ਬਿਲਕੁਲ ਤੇ ਕਿਉਂਕਿ ਉਹਨਾਂ ਦੇ ਜਿਹੜੀ ਅੱਖ ਦਾ ਅੰਦਰਲਾ ਰਿੰਗ ਸੀ ਨਾ ਉਹਨਾਂ ਦੇ ਕਮੱਗਰਾਂ ਦਾ ਜਾਂ ਕੋਈ ਵੀ ਤਸਵੀਰ ਵਾਲੇ ਕਬੂਤਰ ਜਾਂ ਮੈਂ ਜਿਹੜੇ ਵੀ ਅੱਜ ਤੱਕ ਮੇਰੇ
ਨਜ਼ਰ ਚੋਂ ਗੁਜ਼ਰੇ ਆ ਉਹਨਾਂ ਦੀ ਜਿਹੜੀ ਜ਼ਮੀਨ ਮਤਲਬ ਇਹਦੇ ਨਾਲ ਆਪਣੇ ਲੈਂਸ ਦੇ ਨਾਲ ਹੈ ਨਾ ਉਹ ਮੈਂ ਜ਼ਿਆਦਾ ਨੀਲੀ ਦੇਖੀ ਹੈ ਔਰ ਇਹ ਫਨ ਮਤਲਬ ਇਹ ਮੀਆਂ ਨਜ਼ੀਰ ਸਾਹਿਬ ਕੋਲ ਹੀ ਸੀ ਮਤਲਬ ਜ਼ਿਆਦਾ ਜਿਹੜਾ ਮੈਂ ਦੇਖਿਆ ਔਰ ਬਹੁਤ ਆਲਾ ਬੱਚਾ ਬਹੁਤ ਆਲਾ ਜੋੜ ਬਹੁਤ ਆਲਾ ਡੀ ਔਰ ਨਿਕਲ ਨਿਕਲ ਬੈਠੇਗਾ ਉਡਾਣ ਵਾਲਾ ਹੋਵੇ ਕੋਈ ਇਹ ਬੱਚਾ ਕਮਾਲ ਕਰ ਦੇਗਾ ਅੱਛਾ ਜੀ ਹਾਂਜੀ ਲੋ ਸਰ ਇਹ ਮਾਸ਼ਾਅੱਲਾ ਸਾਡਾ 17 ਨੰਬਰ ਜੋੜਾ ਦੋ ਭਰਾ ਪਲੇ ਨੇ ਮਾਸ਼ਾਅੱਲਾ ਤੁਹਾਡੇ ਹੀ ਆ ਸਰ ਜੀ ਸਰ ਕਬੂਤਰਾਂ ਦੀ ਕਿਹੜੀ ਗੱਲ ਹੈ ਤੁਹਾਨੂੰ ਕਬੂਤਰ ਚੰਗੇ ਅੱਖਾਂ ਦੇ ਵਿੱਚ ਨੀਲੇ ਉਂਜੀ ਰਿੰਗ ਹੈ ਜਿਸ ਤਰ੍ਹਾਂ ਤੁਹਾਨੂੰ ਦੇਖੇ ਤੁਸੀਂ ਅੱਗੇ ਕਬੂਤਰ ਦੇਖੋ ਜੀ ਮੈਨੂੰ ਜਿਹੜਾ ਸਾਈਜ਼ ਪਸੰਦ ਹੈ ਨਾ ਆਮ ਬੰਦਾ ਮਤਲਬ ਇਹਨੂੰ ਕਹੇਗਾ ਛੋਟੀ ਲੇਕਿਨ ਜਿਹੜਾ ਇਹਦਾ ਚਿਹਰਾ ਮੋਹਰਾ ਔਰ ਇਹਦਾ ਵਜੂਦ ਬੋਡੀ ਸਟਰਕਚਰ ਇਹ ਸਾਈਜ਼ ਇਹ ਮੇਰਾ ਖਿਆਲ ਬਹੁਤ ਡੁੱਬਦੇ ਹੋਣਗੇ ਕਬੂਤਰ ਔਰ ਕੁੰਦਾ ਤਾਂ ਦੇਖੋ ਲੱਗਾ ਹੋਇਆ ਹਾਂਜੀ ਇਹ ਮੇਰੇ ਕੋਲ ਕਬੂਤਰੀ ਪਈ ਆ ਚੜੇਲ ਜੋੜਾ ਜਿਹੜਾ ਮੇਰਾ ਨਾ ਹਾਂਜੀ ਉਹਦੀ ਮਾਂ ਅਤੇ ਇਹ ਉਸ ਕਿਸਮ ਦਾ ਕੁੰਦਾ ਇਹਨੂੰ ਲੱਗਾ ਹੈ ਬੜੀ ਰਫਤਾਰ ਹੈ ਇਸ ਕਬੂਤਰੀ 'ਚ ਜਿਸਮ ਵੀ ਠੀਕ ਹੈ ਹਾਂਜੀ ਹਾਂਜੀ ਲਾਜਵਾਬ ਲਓ ਜੀ ਦੇਖੋ ਜੀ ਕਰੋ ਦੋਸਤੋ ਸ਼ੌਕ ਇਹਦਾ ਬੜੀ ਬਾਕੀ ਸਹੀ ਗੱਲ ਹੈ ਕਿ ਭੈਣ ਚੋਦ ਕੁੰਦਾ ਹੀ ਉਹ ਲੱਗਾ ਜਿਹੜਾ ਥੱਲੇ ਰਵੇ ਹੀ ਨਾ ਨਹੀਂ ਰਹਿਣਾ ਹੀ ਨਹੀਂ ਔਰ ਜਿਸਮ ਇੱਦਾਂ ਦਾ ਹੈ ਕਿ ਜਿਸ ਤਰ੍ਹਾਂ ਕਾਗਜ਼ ਫੜਿਆ ਹੱਥ ਦੇ ਵਿੱਚ ਜਰਾ ਕਲੋਜ਼ ਕਰਕੇ ਤਾਂ ਆਈਆਂ ਨਹੀਂ ਰਾਤ ਦੇ ਦੇਖੋ ਜੀ ਟਾਈਮ ਆਪਣੇ ਕੋਲ ਕੀ ਹੈ ਔਰ ਮਾਸ਼ਾਅੱਲਾ ਕੈਮਰੇ ਦਾ ਜਿਹੜਾ ਰਿਜ਼ਲਟ ਆ ਰਿਹਾ ਉਹ ਅੱਖਾਂ ਦੀਆਂ ਅੰਦਰ ਬਰੀਕੀਆਂ ਦੀਆਂ ਬਰੀਕੀਆਂ ਵੀ ਆ ਰਹੀਆਂ ਨਾੜਾਂ ਵੀ ਆ ਰਹੀਆਂ ਜਿਹੜੀਆਂ ਅੱਖਾਂ ਦੇ ਵਿੱਚ ਤੁਹਾਨੂੰ ਮੈਂ ਇਹਦਾ ਨਰ ਦਿਖਾਉਣਾ ਅਤੇ ਫਿਰ ਇਨਸ਼ਾਅੱਲਾ ਤਾਲਾ ਇਹਦੇ ਬਾਰੇ ਮੁਕੰਮਲ ਕਿਆ ਬਾਤ ਹੈ ਜੀ ਲੈਣ ਜੀ ਉਤੋਂ ਸੁਪੀਰੀਅਰ ਆ ਅੱਛਾ ਜੀ ਹਾਂਜੀ ਉਸ ਤੋਂ ਸੁਪੀਰੀਅਰ ਹਾਂ ਉਹਦੇ ਤੋਂ ਮਤਲਬ ਇਹਨੂੰ ਜਿਹੜਾ ਕੁੰਦਾ ਲੱਗਾ ਕਬੂਤਰ ਨੂੰ ਕਿਆ ਬਾਤ ਉਹਦਾ ਮੂੰਹ ਤਾਂ ਦੇਖੋ ਕਲਰ ਵੀ ਦੇਖੋ ਬਹੁਤ ਜ਼ਬਰਦਸਤ ਕਬੂਤਰ ਇਹਨਾਂ ਨੂੰ ਕਿਹੜੇ ਕਬੂਤਰ ਕਹਾਂਗੇ ਬਸ ਕਸੂਰੀ ਨਹੀਂ ਇਹਨਾਂ ਨੂੰ ਮਿੱਸੇ ਕਬੂਤਰ ਕਹੋਗੇ ਤੁਸੀਂ ਇਹੀ ਕਬੂਤਰ ਲੱਗਦੇ ਟੈਡੀਆਂ ਦੇ ਨਾਲ ਤੇ ਗੁਲਾਲਪੁਰੀ ਇਹਨਾਂ ਦੀਆਂ ਅੱਖਾਂ 'ਚ ਰਿੰਗ ਦੇਖੋ ਨਾ ਕੈਸੀ ਅੱਖ ਮਤਲਬ ਬੜੀ ਖੁੱਲੀ ਬੜੀ ਗਰਦਨ ਚੈਨਕ ਚੈਨਕ ਔਰ ਜੋੜ ਬਾ ਕਮਾਲ ਔਰ ਕੁੰਦਾ ਬਾ ਕਮਾਲ ਕਲਰ ਬਾ ਕਮਾਲ ਮਤਲਬ ਸਾਈਜ਼ ਸਾਈਜ਼ ਬਹੁਤ ਅੱਛਾ ਇਹ ਲੱਤਾਂ ਦੇਖੋ ਇਹਦੇ ਫੇਰ ਜੀ ਬਿਲਕੁਲ ਉਸ ਤਰ੍ਹਾਂ ਹੀ ਮਾਸ਼ਾਅੱਲਾ ਬਿਲਕੁਲ ਲਿਆਓ ਜ਼ਰਾ ਮੈਂ ਇਹਦਾ ਸ਼ੌਕ ਵੀ ਕਰਾਵਾਂ ਜੀ ਬਹੁਤ ਅੱਛਾ ਕਬੂਤਰ ਲੱਗਾ ਰਹੇ ਜੋੜਾ ਜੀ ਬਹੁਤ ਆਲਾ ਲੇਕਿਨ ਹੈ ਇਹ ਬ੍ਰੀਡਿੰਗ ਲਈ ਆ ਹਾਂਜੀ ਇਹਦੀਆਂ ਅੱਖਾਂ ਦੇ ਨਹੀਂ ਹੋਣੇ ਅੱਗਾਂ ਤੇ ਰਿੰਗ ਦੇਖੋ ਜੀ ਇਹਨਾਂ ਦੇ ਪੂਰਾ ਕਾਲੇ ਨੂਰ ਦੇ ਬਾਅਦ
ਮਾਸ਼ਾਅੱਲਾ ਬਹੁਤ ਬੇਮਿਸਾਲ ਮਾਸ਼ਾਅੱਲਾ ਔਰ ਇੰਟੈਲੀਜੈਂਟ ਵੀ ਪੂਰਾ ਦੋ ਜੋੜੇ ਦਿਖਾਉਣਾ ਜੀ ਇਹਦੇ ਨਾਲ ਦੇ